ਹੁਕਮਨਾਮਾ 21 ਇੱਕ ਓੰਕਾਰ ਸਤਿਗੁਰੂ ਪ੍ਰਸਾਦ ਲਿਖਤੁਮ ਦਿਆਲ ਸਿੰਘ ਤੇ ਕਿਰਪਾਲ ਸਿੰਘ ਅੱਗੇ ਸਰਬ ਉਪਮਾ ਸਮੂਹ ਸੰਗਤ ਕੋ ਹੱਥ ਜੋੜ ਕਰ ਫਤਿਹ ਬੁਲਾਈ ਪ੍ਰਮਾਣ ਕਰਨੀ ਜੀ ਹੋਰ ਮਾਈਆਂ ਬੀਬੀਆਂ ਕੋ ਰਾਮ ਸਤ ਬੁਲਾਈ ਬਾਚਣੀ ਬਹੁਤ ਕਰਕੇ ਹੋਰ ਜੀ ਅਸੀਂ ਹਰ ਤਰ੍ਹਾਂ ਸੇ ਸੁਖੀ ਆਨੰਦ ਹੈ ਸੰਗਤ ਨੂੰ ਗੁਰੂ ਸੁਖੀ ਆਨੰਦ ਰੱਖੇ ਹਮੇਸ਼ਾ ਗੁਰੂ ਜੀ ਪਾਸੋਂ ਇਹੋ ਮੰਗਦੇ ਹਾਂ ਹੋਰ ਬਹੁਤ ਸੁਖ ਹੈ ਪਰ ਇੱਕ ਦੁੱਖ ਸਾਨੂੰ ਸੰਗਤ ਦੇ ਵਿਛੋੜੇ ਦਾ ਹੈ ਸੋ ਜਦ ਗੁਰੂ ਜੀ ਦਾ ਹੁਕਮ ਹੋਊਗਾ ਤਾਂ ਇਹੋ ਵੀ ਦੁੱਖ ਤੁਰਤ ਹੀ ਕੱਟਿਆ ਜਾਊਗਾ ਸਭ ਕੁਛ ਗੁਰੂ ਜੀ ਦੇ ਹੁਕਮ ਵਿੱਚ ਹੈ ਸਾਡੇ ਮਨ ਵਿੱਚ ਕਿਵੇਂ ਹੋਵੇ ਗੁਰੂ ਸਦਾ ਦਇਆਲੂ ਹੈ ਹੋਰ ਜੀ ਸਾਰੀ ਸੰਗਤ ਦੇ ਨਾਂ ਤੇ ਗਾਓਂ ਲਿਖਣੇ ਮੇ ਕਾਗਜ਼ ਬਹੁਤ ਵੱਧ ਜਾਂਦਾ ਹੈ ਸਾਰੀ ਸੰਗਤ ਨੇ ਇਹੋ ਅਰਦਾਸ ਸੁਣ ਲੈਣੀ ਜੋ ਇਸ ਮੈਂ ਲਿਖਾ ਹੈ ਸਭ ਨੇ ਕਰਨਾ ਇੱਕ ਤਾਂ ਪਿੱਛਾ ਰਾਤ ਇਸ਼ਨਾਨ ਕਰਨਾ ਬਾਣੀ ਪੜ੍ਹਨੀ ਭਜਨ ਕਰਨਾ ਵਿਹਲੇ ਨੇ ਵੀ ਤੇ ਕੰਮ ਵਾਲੇ ਨੇ ਵੀ ਜਿਤਨਾ ਬਣ ਆਵੇ ਔਰ ਜਿਤਨਾ ਸਰੇ ਥੋੜ੍ਹਾ ਜਾਂ ਬਹੁਤਾ ਪੁੰਨ ਵੀ ਕਰਨਾ ਰੋਜ਼ ਜਥਾ ਸਕਤ ਔਰ ਲੜਕੇ ਲੜਕੀਆਂ ਨੂੰ ਅੱਖਰ ਪੜ੍ਹਾਵਣੇ ਪਹਿਲਾਂ ਹੋਸ਼ ਆਉਂਦੀ ਦੇ ਨਾਲ ਜਿਸ ਦੇ ਕੰਠ ਨਾ ਹੋਵੇ ਬਾਣੀ ਉਸਨੇ ਕੰਠ ਕਰ ਲੈਣੀ ਜ਼ਰੂਰ ਜਿਤਨੀ ਹੋ ਸਕੇ ਔਰ ਬਗਾਨੇ ਪਦਾਰਥ ਤੇ ਬਹੁਤ ਕਰਕੇ ਹਰ ਤਰ੍ਹਾਂ ਕਰਕੇ ਬਚਣਾ ਗੁਰੂ ਸਾਹਿਬ ਜੀ ਨੇ ਸੂਰ ਗਾਏ ਲਿਖਾ ਹੈ ਬਗਾਨੇ ਪਦਾਰਥ ਨੂੰ ਅੱਗੇ ਤੁਸੀਂ ਜਾਣੋ ਗੁਰੂ ਜੀ ਦਾ ਹੀ ਹੁਕਮ ਹੈ ਇਹ ਜੋ ਮੈਂ ਲਿਖਾ ਹੈ ਗੁਰੂ ਸਾਹਿਬ ਅੱਗੇ ਹੱਥ ਜੋੜ ਕੇ ਬੇਨਤੀ ਕਰਕੇ ਹਮੇਸ਼ਾ ਨਾਮ ਦਾਨ ਇਸ਼ਨਾਨ ਸਿਦਕ ਭਰੋਸਾ ਗੁਰਮਤ ਦਾਨ ਮੰਗਣਾ ਹਮੇਸ਼ਾ ਇਹ ਵੀ ਮੰਗਣਾ ਹੇ ਮਹਾਰਾਜ ਬੇਸਿਕਿਓਂ ਬੇਮੁਖੀਓਂ ਰੱਖ ਲਈ ਤੇਰੀ ਸਰਨ ਹੈ ਅਸੀਂ ਜੀ ਭੁੱਲਣ ਹਾਰ ਹਾਂ ਤੇਰਾ ਬਿਰਧ ਪਤਿਤ ਪਾਵਣ ਹੈ ਅੱਗੇ ਗੁਰੂ ਬਖਸ਼ਿੰਦ ਹੈ ਜੋ ਸਰਨ ਪੈ ਤਿਸ ਕੀ ਲਾਜ ਰੱਖਦਾ ਹੈ ਜੀ।